डिफरेंशिएशन अपन शुरू की सी की गल उसे नु बेटा ऐसा एक बार रिकॉल करा के फिर नेक्स्ट रूल उसे का कंटिन्यू करा डिफरेंशिएशन अपन पहला वर्ड कल ए यूज किया सीगा कि व्हेन यू वांट टू स्टडी चेंज इन वन टर्म विद रिस्पेक्ट टू चेंज इन अदर टर्म मैं किसी एक टर्म च कुछ चेंज करा और ओदे करके कोई दूजी टर्म नाल नाल चेंज हो जावे तो असं कहते हैं कि उस चेंज नु स्टडी करन दा मेथड आ कि मैं डिफरेंशिएशन की लोड़ पेगी मैं उस मूमेंट से डिफरेंशिएशन रिक्वायर्ड होगी मैं एग्जाम्पल का इतना दी सी मान लो मैंने एक इक्वेशन दी x इक्वल टू 5t स्क्वायर प्लस 4t माइनस 6 कोई भी इक्वेशन ये चलता है क्या सीगा कि भी 5 को मिनट लगाऊंगा एक बार पिछले को रिवाइज करा दे ताकि बच्चों को भी क्लियर हो जाए ये भी अपन कैसे t दी वैल्यूज तुसी पुट अप करनी शुरू करो ਜਿੱਦਾਂ ਜਿੱਦਾਂ t ਦੀਆਂ ਵੈਲਿਊਸ ਪੁੱਟ ਅਪ ਕਰਦੇ ਜਾਓਗੇ x ਦੀਆਂ ਡਿਫਰੈਂਟ ਵੈਲਿਊਸ ਬਣਦੀਆਂ ਜਾਣਗੀਆਂ ਇਹਦਾ ਮਤਲਬ ਹੈ x ਦੀ ਵੈਲਿਊ ਚੇਂਜ ਹੋਏਗੀ ਵੈਨ ਵੀ ਚੇਂਜ ਦਾ ਵੈਲਿਊ ਆਫ t ਤੇ ਇਹਨੂੰ ਆਪਾਂ ਕਿਹਾ ਸੀ ਮੈਥਮੈਟਿਕਸ ਆਪਾਂ ਇਹਨੂੰ ਇਦਾਂ ਪੜ੍ਹਦੇ ਆ ਠੀਕ ਹੈ ਡਿਫਰੈਂਸ਼ੀਏਟ ਇਸ d ਦਾ ਨਾਮ ਡਿਫਰੈਂਸ਼ੀਏਟ ਆ ਡਿਫਰੈਂਸ਼ੀਏਟ x ਵਿਦ ਰਿਸਪੈਕਟ ਟੂ ਟਾਈਮ ਇਹਨੂੰ ਆਪਾਂ ਕਿਹਾ ਸੀ ਇਹਨੂੰ ਆਪਾਂ ਇਦਾਂ ਬੋਲ ਸਕਦੇ ਕਿ ਤੁਸੀਂ d ਦਾ ਮਤਲਬ ਡਿਫਰੈਂਸ਼ੀਏਟ ਕਰੋ ਡਿਫਰੈਂਸ਼ੀਏਟ ਨੂੰ ਆਪਾਂ ਫਿਜ਼ੀਕਲ ਮੀਨਿੰਗ ਦਈਏ ਤਾਂ ਆਪਾਂ ਕਿਹਾ ਸੀ ਤੁਸੀਂ ਚੇਂਜ ਸਟੱਡੀ ਕਰੋ ਐਕਸ ਦੇ ਵਿੱਚ ਕੀ ਆਏਗੀ ਯਾਨੀ ਡਿਫਰੈਂਸ਼ੀਏਟ ਐਕਸ ਵਿਦ ਰਿਸਪੈਕਟ ਟੂ ਟਾਈਮ ਆ ਸਾਰੀ ਚੀਜ਼ ਨੂੰ ਜੋ ਲਿਖਿਆ ਵਾ ਠੀਕ ਹੈ ਇਹਨੂੰ ਆਪਾਂ ਮੈਥਮੈਟਿਕਸ ਵਿੱਚ ਸ਼ਾਰਟਕਟ ਦੇ ਵਿੱਚ dx dt ਲਿਖਦੇ ਇਹਦਾ ਮਤਲਬ ਇਹ ਸੀਗਾ d dt ਆਫ x ਦੀ ਵੈਲਿਊ ਜਿੰਨੀ x ਦੀ ਤੁਹਾਡੀ ਇਕੁਏਸ਼ਨ ਆ ਉਹ x ਦੀ ਜਗ੍ਹਾ ਤੇ ਮੁਤਾਬਕ ਕਰ ਦਿਓ ਇਹੀ ਚੀਜ਼ ਜਦੋਂ ਲਿਖ ਦਿੱਤੀ ਕਿ ਆਪਾਂ ਕਿਹਾ ਸੀ ਇਹਨੂੰ ਡਿਫਰੈਂਸ਼ੀਏਟ ਜਦੋਂ ਤੁਸੀਂ ਕਰਨਾ ਬੇਟਾ ਉਹਦੇ ਕੁਝ ਰੂਲ ਦੱਸੇ ਸੀਗੇ ਕਿ ਵੀ ਆਹ ਚੀਜ਼ ਨੂੰ ਡਿਫਰੈਂਸ਼ੀਏਟ ਕਰਨ ਦਾ ਕੀ ਰੂਲ ਆ ਇਹਦੀ ਚੇਂਜ ਸਟੱਡੀ ਕਰਨ ਦਾ ਕੀ ਰੂਲ ਆ ਇਹਦੀ ਚੇਂਜ ਸਟੱਡੀ ਕਰਨ ਦਾ ਕੀ ਰੂਲ ਆ ਉਹਦੇ ਵਿੱਚੋਂ ਫਸਟ ਰੂਲ ਅਸੀਂ ਲਿਖਿਆ ਸੀਗਾ ਪਰ ਜਨਰਲ ਜੇ ਜਨਰਲ ਆਪਾਂ ਲਿਖੀਏ ਤੇ ਆਪਾਂ ਕਹਿੰਦੇ ਜੀ ਫਾਈਂਡ ਡੀ ਵਾਈ ਬਾਈ ਡੀ ਐਕਸ ਇਹਦਾ ਮਤਲਬ ਆ y ਕੋਈ ਇਕੁਏਸ਼ਨ ਹੋਏਗੀ ਜਿਹੜੀ x ਦੀ ਫਾਰਮ ਚ ਬਣੀ ਹੋਏਗੀ ਜਿੱਦਾਂ ਮੈਂ ਆ x ਤੇ t ਚ ਇਕੁਏਸ਼ਨ ਦਿੱਤੀ ਇਹਦੀ y ਤੇ x ਦੀ ਫਾਰਮ ਚ ਇਕੁਏਸ਼ਨ ਦੇ ਦਾਂਗਾ ਇਹਦੀ x ਦੀ ਫਾਰਮ ਚ ਇਕੁਏਸ਼ਨ ਦੇ ਦਾਂਗਾ ਇਹਦਾ ਮਤਲਬ ਆ y ਨੂੰ ਤੁਸੀਂ ਡਿਫਰੈਂਸ਼ੀਏਟ ਕਰਨਾ ਉਹਦੀ ਚੇਂਜ ਸਟੱਡੀ ਕਰਨੀ ਜਦੋਂ x ਨੂੰ ਇੱਥੇ ਚੇਂਜ ਕਰਨਾ ਤੇ ਇਹਨੂੰ ਮੈਂ ਜਨਰਲ ਲਿਖ ਦਿੰਦਾ ਫਾਈਂਡ dy / dx ਇਹ ਚ ਫਸਟ ਅਸੀਂ ਲਿਖਿਆ ਸੀਗਾ ਇਹ ਤੋਂ y equal to x power n ਰੋਹਿਤ ਥੋੜਾ ਜਿਹਾ ਬੇਟਾ ਤੈਨੂੰ ਟਫ ਲੱਗੇਗਾ ਬਟ ਥੋੜਾ ਜਿਹਾ ਕਨਸੈਂਟ੍ਰੇਟ ਕਰ ਲਈ ਬੇਟਾ ਇਹ y equal to x power n ਇਹ ਜੇ ਇੱਥੇ y ਦੀ ਲਿਖੀ ਵੈਲਿਊ x power n ਦੀ ਫਾਰਮ ਚ ਹੋਵੇ ਯਾਨੀ d / dx of x power n y ਦੀ ਜਗ੍ਹਾ ਤੇ ਕੋਈ ਵੈਲਿਊ ਭਰ ਦਿੱਤੀ ਤੇ ਆਪਾਂ ਬੇਟਾ ਇਹ ਕਿਹਾ ਸੀਗਾ ਜਿੰਨੀ ਪਾਵਰ ਹੈਗੀ ਆ n ਉਹਨੂੰ ਇਸ x ਨਾਲ ਮਲਟੀਪਲਾਈ ਕਰ ਦਿਓ ਤੇ ਉੱਪਰ ਇੱਕ ਪਾਵਰ ਮਾਈਨਸ ਕਰ ਦਿਓ ਜਦੋਂ ਇਸ x ਪਾਵਰ n ਦੀ ਜਗ੍ਹਾ ਤੇ ਸੋਲਵ ਕਰਕੇ ਆ ਲਿਖ ਦਿੰਦਾ ਤੇ ਅਸੀਂ ਕਿਹਾ ਸੀ ਇਹਦਾ ਮਤਲਬ ਆ ਇਸ ਟਰਮ ਦੀ ਅਸੀਂ ਡਿਫਰੈਂਸ਼ੀਏਸ਼ਨ ਸੋਲਵ ਕਰ ਲਈ ਠੀਕ ਹੈ ਇਹ ਮੇਰਾ ਸੀਗਾ ਡਿਫਰੈਂਸ਼ੀਏਸ਼ਨ ਦਾ ਫਸਟ ਰੂਲ ਸੈਕੰਡ ਰੂਲ ਸੀਗਾ ਇਫ y equal to ਕਨਸਟੈਂਟ c ਇੱਥੇ ਕਨਸਟੈਂਟ ਨੂੰ ਕਹਿੰਦੇ ਇੱਥੇ x ਦੀ ਵੈਲਿਊਜ਼ ਨੂੰ ਮੈਂ ਜਦੋਂ ਚੇਂਜ ਕਰਾਂਗਾ ਉਹਨਾਂ 7 ਦੇ ਵਿੱਚ ਕੋਈ ਚੇਂਜ ਨਹੀਂ ਆਣੀ ਕਿਉਂਕਿ 7 ਦੀ ਵੈਲਿਊ x ਤੇ ਡਿਪੈਂਡੈਂਟ ਹੈ ਨਹੀਂ ਅਸੀਂ ਉਹ ਕਹਿੰਦੇ ਇਹ ਕਨਸਟੈਂਟ ਟਰਮ ਆ ਤੇ ਕਨਸਟੈਂਟ ਦੇ ਵਿੱਚ ਕੋਈ ਚੇਂਜ ਨਹੀਂ ਆਣੀ ਤੇ ਕੋਈ ਚੇਂਜ ਨਹੀਂ ਆਣੀ ਨੂੰ ਅਸੀਂ ਮੈਥਮੈਟਿਕਸ ਚ ਕਹਿੰਦੇ ਜ਼ੀਰੋ ਚੇਂਜ ਇਹਦਾ ਮਤਲਬ ਇਹ ਹੋਏਗਾ ਜੇ ਮੈਂ ਐਸ ਐਚ ਸੀ ਦੀ ਡਿਫਰੈਂਸ਼ੀਏਸ਼ਨ ਕਰੀ ਸੀ ਮਤਲਬ ਕੋਈ ਵੀ ਕਨਸਟੈਂਟ ਟਰਮ ਲਿਖੀ ਹੋਵੇ ਜਿਹੜੀ x ਦੇ ਅਕੋਰਡਿੰਗਲੀ ਚੇਂਜ ਨਾ ਹੁੰਦੀ ਹੋਵੇ ਅਸੀਂ ਕਹਿੰਦੇ ਕਿ ਇਹਦੀ ਡਿਫਰੈਂਸ਼ੀਏਸ਼ਨ ਦੇ ਲਈ ਉਹ ਜ਼ੀਰੋ ਆ ਤੀਜਾ ਰੂਲ ਇਹਨਾਂ ਦੋਨਾਂ ਨੂੰ ਇਕੱਠਾ ਕਰ ਦਿੱਤਾ ਸੀ ਆਪਾਂ ਥਰਡ ਰੂਲ ਅਸੀਂ ਇਹ ਲਿਖਿਆ ਸੀ ਇਫ y equal to c into x power n c ਵੀ ਹੋਵੇ ਕਨਸਟੈਂਟ ਵੀ ਹੋਵੇ ਤੇ ਨਾਲ ਵੇਰੀਏਬਲ ਵੀ ਹੋਵੇ ਪਾਵਰ ਫਾਰਮ ਨਹੀਂ ਹੈ ਜਦੋਂ ਇਸ ਵੇ ਨਾਲ ਕੋਈ ਟਰਮ ਆਏਗੀ ਇਹਦੇ ਵਿੱਚ ਅਸੀਂ ਕਿਹਾ ਸੀਗਾ d / dx of c into x power n ਜਦੋਂ ਕਨਸਟੈਂਟ ਕੱਲਾ ਵਾ ਉਹਦੀ ਡਿਫਰੈਂਸ਼ੀਏਸ਼ਨ ਦਾ ਰੂਲ ਹੋਏਗਾ ਕਿ ਉਹਦੀ ਵੈਲਿਊ 0 ਆਏਗੀ ਪਰ ਜੇ ਕਨਸਟੈਂਟ ਕਿਸੇ ਵੇਰੀਏਬਲ ਦੇ ਨਾਲ ਆ ਤੇ ਹਮੇਸ਼ਾ ਔਰ ਇਹ ਦੋਨੋਂ ਮਲਟੀਪਲਾਈ ਚ ਪਏ ਆ
ਤੇ ਕਨਸਟੈਂਟ ਨੂੰ ਅਸੀਂ ਡਿਫਰੈਂਸ਼ੀਏਸ਼ਨ ਚੋਂ ਬਾਹਰ ਕੱਢ ਕੇ ਰੱਖ ਲਈ ਨੂੰ ਯਾਨੀ c ਨੂੰ ਇਦਾਂ ਦੇ ਦੇ ਬਾਹਰ ਰੱਖ ਦਿਓ ਤੇ d/dx ਜਿਹੜਾ ਵਾ ਉਹ x ਪਾਵਰ n ਦਾ ਕਰਾਂਗੇ ਤੇ ਆ ਇਨੀ ਚੀਜ਼ ਜਿਹੜੀ ਆ ਇਨੀ ਚੀਜ਼ ਇਹਨਾਂ ਦਾ ਸਭ ਤੋਂ ਪਹਿਲਾ ਰੂਲ ਦੁਬਾਰਾ ਬਣ ਗਿਆ ਯਾਨੀ ਇਹੀ ਸੇਮ ਰੂਲ ਦੁਬਾਰਾ ਇੱਥੇ ਫੇਰ ਲੱਗ ਗਿਆ ਜੋ ਇਹਦੀ ਵੈਲਿਊ ਬਣੀ ਆ ਜੋ ਇਹਦੀ ਵੈਲਿਊ ਬਣੀ ਉਹਨੂੰ c ਦੇ ਨਾਲ ਮਲਟੀਪਲਾਈ ਕਰ ਲਓ ਯਾਨੀ c n x ਪਾਵਰ n 1 ਇਹ ਆਪਣੇ ਤਿੰਨ ਬੇਸਿਕ ਆਪਾਂ ਸਭ ਤੋਂ ਪਹਿਲਾਂ ਰੂਲ ਲਿਖਦੇ ਸੀਗਾ ਕਿਆ ਤਿੰਨੇ ਕਲੀਅਰ ਆ ਹਾਂਜੀ ਸਰ ਹਾਂਜੀ ਯੈਸ ਸਰ ਯੈਸ ਸਰ ਡਾਊਟ ਹੈ ਬੇਟੇ ਕੋਈ ਇਹ ਚੀਜ਼ ਦੁਬਾਰਾ ਪੁੱਛਣ ਵਾਲੀ ਹੈਗੀ ਤਾਂ ਬੋਲੋ ਜਲਦੀ ਨਹੀਂ ਸਰ ਕਰਾਂ ਕੰਟੀਨਿਊ ਯੈਸ ਸਰ ਯੈਸ ਸਰ ਇਸੇ ਦੇ ਨਾਲ ਕੰਟੀਨਿਊ ਕਰ ਰਿਹਾ ਠੀਕ ਹੈ ਨੈਕਸਟ ਰੂਲ ਜਿਹੜਾ ਡਿਫਰੈਂਸ਼ੀਏਸ਼ਨ ਦਾ ਹੋਏਗਾ ਆਲਰੇਡੀ ਇਹਦੀ ਸਕਰੀਨਸ਼ਾਟ ਲੈ ਕੇ ਭੇਜਿਆ ਹੋਇਆ ਕੱਲ ਦਾ ਮੈਂ ਇਸ ਲਈ ਨੂੰ ਨੋਟ ਬੇਸ਼ੱਕ ਨਹੀਂ ਵੀ ਕੀਤਾ ਹੋਵੇ ਕਿਸੇ ਨੇ ਤਾਂ ਕੋਈ ਨਹੀਂ ਠੀਕ ਹੈ ਇਹਦਾ ਸਕਰੀਨਸ਼ਾਟ ਹੈਗਾ ਗਰੁੱਪ ਦੇ ਅੰਦਰ ਜਿਹੜੇ ਦੋ ਨਵੇਂ ਐਡ ਹੋ ਤੁਸੀਂ ਉਹ ਇਹ ਮੈਂ ਇੱਕ ਵਾਰ ਦੁਬਾਰਾ ਤੁਹਾਡੇ ਨੂੰ ਸ਼ੇਅਰ ਕਰਦਾ ਨੈਕਸਟ ਬੱਚੇ ਇੱਕ ਰੂਲ ਆਏਗਾ ਠੀਕ ਹੈ ਐਸ ਸੱਚ ਡਿਫਰੈਂਸ਼ੀਏਸ਼ਨ ਦੇ ਅੰਦਰ ਸਭ ਤੋਂ ਇੰਪੋਰਟੈਂਟ ਰੂਲ ਆ ਸਾਰਿਆਂ ਦੇ ਧਿਆਨ ਸਮਝਣ ਵਾਲਾ ਕਹਿੰਦਾ ਜੀ ਡਿਫਰੈਂਸ਼ੀਏਟ ਮੰਨ ਲਓ ਵੀ ਉਹਨੇ ਐਸ ਸੱਚ ਦਿੱਤਾ ਗਿਆ ਠੀਕ ਹੈ ਫਿਰ ਆਪਾਂ ਉਹੀ ਚੀਜ਼ ਲਿਖਣ ਲੱਗੇ ਆ ਫਾਈਂਡ dy/dx ਲਿਖਣਾ ਫਿਰ ਉਹੀ ਆ ਇਫ y ਇਕੁਅਲ ਟੂ ਜੇ y ਦੀ ਵੈਲਿਊ ਮੰਨ ਲਓ ax ਸਕੁਅਰ ਪਲੱਸ b ਪਾਵਰ n ਹੋਵੇ ਬੇਟੇ ਥੋੜਾ ਜਿਹਾ ਕੰਪਲੈਕਸ ਹੋਏਗਾ ਰੂਲ ਉਹਨੂੰ ਸਮਝਿਓ ਧਿਆਨ ਨਾਲ ਜੇ ਮੰਨ ਲਓ y ਦੀ ਵੈਲਿਊ ax ਸਕੁਅਰ ਪਲੱਸ b ਪਾਵਰ n ਕੁਝ ਵੀ ਇਦਾਂ ਦਾ ਫਾਰਮੈਟ ਹੋਵੇ ਇਹਦੇ ਅੰਦਰ ਲਿਖਣਾ ਹੋਵੇ ਆਪਾਂ ਇਹਨੂੰ ਹੋਰ ਇਹ ਨਾਲ ਲਿਖ ਸਕਦੇ ਠੀਕ ਹੈ ਅੰਦਰ ਵਾਲੀ ਮੇਰੀ ਪੋਲੀਨੋਮੀਅਲ ਕੁਝ ਵੀ ਹੋਵੇ ਠੀਕ ਹੈ ਨਾਲ ਇਹਦੇ ਬਾਹਰ ਪਾਵਰ ਹੋਵੇ ਠੀਕ ਹੈ ਜਦੋਂ ਕੁਝ ਇਸ ਟਾਈਪ ਦੀ ਟਰਮ ਆਏਗੀ ਇੱਥੇ ਦੋ ਰੂਲ ਅਸੀਂ ਕਿੰਨੇ ਲੱਗਦੇ ਆ ਇੱਥੇ ਅਸੀਂ ਵਰਡ ਯੂਜ਼ ਕਰਿਆ ਕਰਾਂਗੇ ਪਾਵਰ ਰੂਲ ਵੀ ਲੱਗੇਗਾ ਫਿਰ ਬੇਸ ਰੂਲ ਵੀ ਲੱਗੇਗਾ ਉਹਦਾ ਮਤਲਬ ਕੀ ਹੈ ਜਦੋਂ ਤੁਸੀਂ ਇਸ ਟਰਮ ਨੂੰ ਡਿਫਰੈਂਸ਼ੀਏਟ ਕਰਨਾ ਤਾਂ ਵੀ ਰਾਈ d/dx ਆਫ ax ਸਕੁਅਰ ਪਲੱਸ bx ਪਲੱਸ c ਪਾਵਰ n ਇਹ ਐਸਾ ਚਾਪਾ ਟਰਮ y ਦੀ ਜਗ੍ਹਾ ਤੇ ਉਹਨਾਂ ਦੇ ਉੱਤੇ ਲਿਖ ਦਿੱਤੀ ਹੈ ਪਹਿਲਾਂ ਹੁਣ ਲਗਾ ਲਗੇ ਰੂਲ ਰੂਲ ਇਹ ਕਹਿੰਦਾ ਪਹਿਲਾਂ ਲਾਭੋ ਪਾਵਰ ਫਾਰਮ ਦੇ ਰੂਲ ਪਾਵਰ ਰੂਲ ਇਹ ਸੀਗਾ ਜਿੰਨੀ ਵੀ ਪਾਵਰ ਹੈਗੀ ਆ ਉਹਨੂੰ ਇਸ ਪੂਰੇ ਦੇ ਪੂਰੇ ਬੇਸ ਨਾਲ ਮਲਟੀਪਲਾਈ ਕਰ ਦੋ ਯਾਨੀ n ਇਨਟੂ ax ਸਕੁਅਰ ਪਲੱਸ bx ਪਲੱਸ c ਪਾਵਰ ਬੇਸ ਨਾਲ ਮਲਟੀਪਲਾਈ ਹੋ ਗਈ ਅੱਗੇ ਜਿੰਨੀ ਪਾਵਰ ਸੀਗੀ ਉਹਦੇ ਵਿੱਚੋਂ ਇੱਕ ਪਾਵਰ ਮਾਈਨਸ ਕਰਕੇ ਦੁਬਾਰਾ ਲਿਖ ਦਿਓ ਕਿਆ ਇਹ ਨਹੀਂ ਗੱਲ ਮੈਨੂੰ ਸਮਝ ਲੱਗੀ ਸਰ ਯੈਸ ਸਰ ਯੈਸ ਸਰ ਇਹ ਆਪਾਂ ਕਹਿੰਦੇ ਜੀ ਅਸੀਂ ਪਾਵਰ ਨੂੰ ਡਿਫਰੈਂਸ਼ੀਏਟ ਕੀਤਾ ਇਸ ਤੋਂ ਬਾਅਦ ਕਰਨਾ ਹੈ ਇਹਦੇ ਬੇਸ ਨੂੰ ਡਿਫਰੈਂਸ਼ੀਏਟ ਬੇਸ ਆ ਪੂਰੀ ਬ੍ਰੈਕਟ ਆ ਇਹਨੂੰ ਅੱਗੇ ਕੀ ਲਿਖਾਂਗਾ d/dx ਆਫ ਕਿਉਂਕਿ ਆ ਪੂਰੀ ਟਰਮ ਹਜੇ ਡਿਫਰੈਂਸ਼ੀਏਟ ਕਰਨੀ ਆ ਤੇ ਜਿਹਦੀ ਡਿਫਰੈਂਸ਼ੀਏਸ਼ਨ ਕਰਨੀ ਹੋਵੇ ਉਹਦੇ ਨਾਲ ਅਸੀਂ ਕਿਹਾ ਸੀ d/dx ਨਾਲ ਜ਼ਰੂਰ ਲੱਗੇਗਾ ਯਾਨੀ d/dx ਆਫ ax ਸਕੁਅਰ ਪਲੱਸ bx ਪਲੱਸ c ਇੱਥੇ ਜਿਹੜਾ ਕੀਤਾ ਇਹਨਾ ਪੋਰਸ਼ਨ ਇਹਦੇ ਵਿੱਚ ਅਸੀਂ ਕਹਿੰਦੇ ਸੀ ਪਹਿਲਾਂ ਪਾਵਰ ਨੂੰ ਡਿਫਰੈਂਸ਼ੀਏਟ ਕੀਤਾ ਬੇਸ ਨੂੰ ਅਸੀਂ ਟੱਚ ਵੀ ਨਹੀਂ ਕੀਤਾ ਇਸ ਤੋਂ ਬਾਅਦ ਅਸੀਂ ਕਹਿੰਦੇ ਸੀ ਪਾਵਰ ਛੱਡ ਦਿਓ ਪਾਵਰ ਛੱਡ ਦਿਓ ਤੇ ਜਿੰਨਾ ਇਹਦਾ ਬੇਸ ਹੈਗਾ ਉਹਦੀ ਡਿਫਰੈਂਸ਼ੀਏਸ਼ਨ ਅਸੀਂ ਫੇਰ ਦੁਬਾਰਾ ਕਰਨੀ ਹੈ ਹੁਣ ਇਹਨੂੰ ਫਰਦਰ ਸਿੰਪਲੀਫਾਈ ਕਿੱਦਾਂ ਕਰਨਾ ਉਹਦੇ ਲਈ ਆਹ ਟਰਮ ਹੁਣ ਕੁਛ ਨਹੀਂ ਕਰਨੀ ਇੱਦਾਂ ਹੀ ਲਿਖੇ ਚੱਲੋ n ਇਨਟੂ ax ਸਕੁਅਰ ਪਲੱਸ bx ਪਲੱਸ c ਪਾਵਰ n ਮਾਈਨਸ 1 ਤੇ ਆ ਜਿੰਨੀਆਂ ਟਰਮਸ ਪਲੱਸ ਮਾਈਨਸ ਦੇ ਨਾਲ ਪਈਆਂ ਹਰ ਇੱਕ ਟਰਮ ਦੀ d/dx ਵਾਲੀ ਟਰਮ ਸੈਪਰੇਟ ਬਣਾ ਦਿਓ ਫਿਰ ਠੀਕ ਹੈ ਜਦੋਂ ਤੁਹਾਨੂੰ ਥੋੜੀ ਜੀ ਪ੍ਰੈਕਟਿਸ ਹੋ ਚੁੱਕੀ ਹੋਏਗੀ ਨਾ ਤੇ ਇਹਨੂੰ ਆਪਾਂ ਫਿਰ ਇੱਕ ਲਾਈਨ ਚ ਖਤਮ ਕਰ ਸਕਦੇ ਹਾਂ ਹਜੇ ਫੋਰ ਦਾ ਟਾਈਮਿੰਗ ਆਪਾਂ ਇਹਦੇ ਸਟੈਪ ਇਨਕਰੀਜ਼ ਕਰਾਂਗੇ ਇਹਨੂੰ ਬ੍ਰੈਕਟ ਚ ਰੱਖ ਰਿਹਾ ਇਹਦੇ ਵਿੱਚ ਇੱਕ ਵਾਰੀ d/dx ਕਰੋਗੇ ax ਸਕੁਅਰ ਦਾ ਯਾਨੀ ਇਹਦੀ ਡਿਫਰੈਂਸ਼ੀਏਸ਼ਨ ਕਰਨੀ ਆ ਠੀਕ ਹੈ ਫਿਰ ਵਿੱਚ ਪਲੱਸ ਜਾਂ ਮਾਈਨਸ ਜਿਹੜਾ ਵੀ ਸਾਈਨ ਹੋਵੇ ਉਹ ਲਗਾ ਦਿਓ ਇਹਦੇ d/dx ਦੂਜੀ ਟਰਮ ਨਾਲ ਜਿਹਦੀ ਵੀ ਡਿਫਰੈਂਸ਼ੀਏਸ਼ਨ ਕਰਨੀ ਆ ਉਹਦੇ ਨਾਲ d/dx ਲਾਈ ਚੱਲੋ ਯਾਨੀ ਨੈਕਸਟ ਲਿਖੂਗਾ d/dx ਆਫ dx
plus d by dx of c. क्या step पूरा समझ आया? Yes sir. Yes sir. नहीं sir. N into a. Starting से करा दो ये पिछला step. प्रथम की कह रहे हैं? सर समझ नहीं आया पिछला स्टेप कैसे क्या मल्टीप्लाई हो रही है दोनों वैल्यूज वो तो पावर टर्म नो ऐसा जैसे जेड़ा लिख लिया उस तो बाद बेस की जो डिफरेंशिएशन आनी है वो इना आपस के बीच इना मल्टीप्लाई ही करना सी हां जी ठीक है ओके इथे मल्टीप्लाई है वही मल्टीप्लाई लिखने वास्ते आ टर्म इधर दी दे फिर लिख देती हूं इने अंदर मान लो तीन टर्म पईयां ਅਸੀਂ ਤਿੰਨਾਂ ਟਰਮ ਦੇ ਵਿੱਚ ਪਲੱਸ ਮਾਈਨਸ ਕਰਕੇ ਜੋ ਆ ਹਰ ਇੰਡੀਵਿਜੂਅਲ ਟਰਮ ਜਿਹੜੀ ਡਿਫਰੈਂਸ਼ੀਏਟ ਹੋਣੀ ਅਸੀਂ ਉਹਦੇ ਚ ਪਹਿਲੀ ਟਰਮ ਵੱਖਰੀ ਡਿਫਰੈਂਸ਼ੀਏਟ ਕਰਨੀ ਦੂਜੀ ਵੱਖਰੀ ਹੋਣੀ ਤੀਜੀ ਵੱਖਰੀ ਡਿਫਰੈਂਸ਼ੀਏਸ਼ਨ ਹੋਣੀ ਹੈ ਉਹਦੇ ਲਈ ਅਸੀਂ ਕੀਤਾ ਸਿਰਫ ਅਜੇ ਇੰਨਾ ਵਾ ਕਿ ਵੀ ਪਹਿਲੀ ਟਰਮ ਦੀ ਡਿਫਰੈਂਸ਼ੀਏਸ਼ਨ ਸੈਪਰੇਟ ਲਿਖ ਦਿਓ ਸੈਕਿੰਡ ਦੀ ਥਰਡ ਦੀ ਸੈਪਰੇਟ ਲਿਖ ਦਿਓ ਅਜੇ ਸੈਪਰੇਟ ਕੀਤੀ ਆ ਡਿਫਰੈਂਸ਼ੀਏਸ਼ਨ ਦਾ ਅਗਲਾ ਰੂਲ ਅਜੇ ਲਾਣਾ ਜੋ ਇਹ ਸਾਰੇ ਨੂੰ ਸੋਲਵ ਕਰਕੇ ਆਏਗੀ ਵੈਲਿਊ ਉਹਨੇ ਇਸ ਸਾਰੀ ਟਰਮ ਦੇ ਨਾਲ ਮਲਟੀਪਲਾਈ ਹੋ ਜਾਣਾ ਲਾਸਟ ਆ ਕੇ ਓਕੇ ਸਰ ਸੋ ਟਰਮ ਆ ਜਾਏਗੀ ax² bx + c ਪਾਵਰ n -1 ਇਹਦੇ ਅੰਦਰ ਜੇ ਹੁਣ ਮੈਂ ਚੱਲਾਂ ਤੇ ਆਪਾਂ ਇੱਕ ਰੂਲ ਹੁਣੀ ਪੜਿਆ ਠੀਕ ਹੈ ਆ ਵਾਲਾ d dx ਆਫ c x ਪਾਵਰ n ਜਿੱਚ ਮੇਰੇ ਕੋਲ ਕਨਸਟੈਂਟ ਟਰਮ ਵੀ ਆ ਤੇ ਵੇਰੀਏਬਲ ਵੀ ਆ ਤੇ ਆਪਾਂ ਕਿਹਾ ਸੀ ਕਨਸਟੈਂਟ ਬਾਹਰ ਕੱਢ ਲਈਦਾ ਤੇ ਵੇਰੀਏਬਲ ਦੀ ਡਿਫਰੈਂਸ਼ੀਏਸ਼ਨ ਕਰਨੀ ਇਹਦੇ ਉੱਤ ਇੱਥੇ a ਕਨਸਟੈਂਟ ਆ ਇੱਥੇ a ਕਨਸਟੈਂਟ ਆ ਇਹ ਬਾਹਰ ਆ ਗਿਆ ਤੇ x² ਦੀ ਡਿਫਰੈਂਸ਼ੀਏਸ਼ਨ ਕਰਨੀ ਆ ਹੁਣ ਇੱਕ ਸਟੈਪ ਸ਼ਾਰਟ ਕਰ ਲਿਆ a ਨੂੰ ਬਾਹਰ ਵੀ ਕੱਢਦਾ ਪਿਆ ਤੇ x² ਦੀ ਡਿਫਰੈਂਸ਼ੀਏਸ਼ਨ ਵੀ ਕਰਨੀ ਤੇ x² ਤੇ ਪਾਵਰ ਰੂਲ ਲੱਗਿਆ ਪਾਵਰ ਰੂਲ ਕਹਿੰਦਾ ਸੀ ਜਿੰਨੀ ਪਾਵਰ ਹੋਏਗੀ ਉਹਨੂੰ ਬੇਸ ਨਾਲ ਮਲਟੀਪਲਾਈ ਤੇ ਉੱਪਰ ਇੱਕ ਪਾਵਰ ਮਾਈਨਸ ਕਰ ਦੇ ਕਿਆ ਸਮਝ ਆਇਆ ਇਸ ਨੂੰ ਆਪਾਂ ਇਦਾਂ ਕਿਉਂ ਲਿਖਿਆ ਯੈਸ ਸਰ ਯੈਸ ਸਰ ਇਹ ਜਾਣਾ ਵੀ ਹੈਗਾ ਜਿਹਨੂੰ ਇਸ ਸਟੈਪ 'ਚ ਡਾਊਟ ਹੈਗਾ ਨਹੀਂ ਸਰ ਚਲ ਹੁਣ ਇਹਦੇ ਅੱਗੇ ਪਲੱਸ ਮਾ ਤੇ ਪਲੱਸ ਪਾ ਦਿਓ ਇਹ ਆਪਾਂ ਕਿਉਂਕਿ ਨਵਾਂ ਕੰਮ ਕਰਦੇ ਪਏ ਇਸ ਲਈ ਕੁਝ ਥੋੜਾ ਟਾਈਮ ਲੈ ਕੇ ਚੱਲਾਂਗੇ ਜਦੋਂ ਤੁਹਾਨੂੰ 2 4 5 ਨੰਮੈਰੀਕਲ ਦੀ ਇਹਦੀ ਪ੍ਰੈਕਟਿਸ ਹੋ ਗਈ ਠੀਕ ਹੈ ਫਿਰ ਇਹ ਹਾਰਡਲੀ 1 ਮਿੰਟ ਵੀ ਜ਼ਿਆਦਾ ਵਾ ਇਸ ਸਾਰੀ ਚੀਜ਼ ਨੂੰ ਆਪਣੇ ਸੋਲਵ ਕਰਨ ਵਾਸਤੇ ਹੁਣ ਇਹਦੇ ਵਿੱਚੋਂ ਚੱਲੀਏ b ਕਨਸਟੈਂਟ ਆ ਇਸੇ ਤਰ੍ਹਾਂ ਠੀਕ ਹੈ ਜੀ b ਬਾਹਰ ਆ ਗਿਆ ਤੇ x ਦੀ ਪਾਵਰ ਇੱਥੇ 1 ਆ ਇਹਦਾ ਮਤਲਬ b ਬਾਹਰ ਆ ਗਿਆ x ਦੀ ਪਾਵਰ 1 1 ਨੂੰ x ਨਾਲ ਮਲਟੀਪਲਾਈ ਤੇ ਉੱਪਰ ਪਾਵਰ 1 -1 ਆ ਗਈ ਕਿਆ ਇਹ ਚੀਜ਼ ਸਮਝ ਲੱਗੀ ਯੈਸ ਸਰ ਯੈਸ ਸਰ ਪਲੱਸ ਇੱਥੇ ਮੇਰੇ ਕੋਲ ਲਿਖਿਆ c c ਇਕੱਲਾ ਕਨਸਟੈਂਟ ਆ c ਦੇ ਨਾਲ ਕੋਈ x ਵਾਲੀ ਟਰਮ ਨਹੀਂ ਆਈ ਅਸੀਂ ਕਹਿੰਦੇ ਕਨਸਟੈਂਟ ਆ ਤੇ ਕਨਸਟੈਂਟ ਦੀ ਡਿਫਰੈਂਸ਼ੀਏਸ਼ਨ ਕੀ ਹੁੰਦੀ ਜੀ 0 0 0 0 ਡਿਫਰੈਂਸ਼ੀਏਸ਼ਨ 0 ਆ ਡਿਫਰੈਂਸ਼ੀਏਸ਼ਨ ਦੇ ਸਾਰੇ ਸਟੈਪ ਖਤਮ ਹੁਣ ਸਿੰਪਲ ਮੈਥ ਦੀ ਮਲਟੀਪਲੀਕੇਸ਼ਨ ਯਾਨੀ ਸਿੰਪਲੀਫਿਕੇਸ਼ਨ ਹੈਗੀ ਇਹਦੇ ਡਿਫਰੈਂਸ਼ੀਏਸ਼ਨ ਦੇ ਸਟੈਪ ਖਤਮ ਹੋ ਗਏ ਇਹਨੂੰ ਆਪਾਂ ਲਿਖ ਲਈਏ ਆਪਣੇ ਕੋਲ ਟਰਮ ਆ ਗਈ n ax² plus bx plus c power n minus 1 ठीक है और ब्रैकेट से मेरे को आ गया 2ax क्योंकि x की पावर 1 रह जानी 1 पावो या ना पावो इको गल प्लस b x की पावर 0 जिदी पावर 0 वो टर्म अपने आप च 1 होंदी है प्लस 0 यानी आ टर्म मेरे को एनी सॉल्व करके आ गई इट मींस आ जिदी मेरी टर्म सी ਜੇ ਮੈਂ ਇਹਦੀ ਡਿਫਰੈਂਸ਼ੀਏਸ਼ਨ ਕਰਨੀ ਆ ਤੇ ਫਾਈਨਲ ਵੈਲਿਊ ਡਿਫਰੈਂਸ਼ੀਏਸ਼ਨ ਤੋਂ ਬਾਅਦ ਕਿੰਨੀ ਆਏਗੀ ਕਿਆ ਇਹਨਾਂ ਸਮਝ ਆਇਆ ਹਾਂਜੀ ਸਰ ਯੈਸ ਸਰ ਜੇ ਕੋਈ ਚਲੋ ਇਸ ਨੰਮੈਰੀਕਲ ਜੇ ਆਪਾਂ ਦਿੱਤਾ ਕਿ ਵੀ ਪੋਜੀਸ਼ਨ ਇਸ ਇਕੁਏਸ਼ਨ ਦੇ ਅਕੋਰਡਿੰਗਲੀ ਆ ਤੇ ਵੈਲੋਸਿਟੀ ਕੱਢਣੀ ਆ ਉਹਦੇ ਲਈ ਜਦੋਂ ਤੁਸੀਂ ਇੱਥੇ ਪਾਵਰ ਰੂਲ ਲਗਾਇਆ ਪਹਿਲਾਂ ਪਾਵਰ ਦੇ ਉੱਤੇ ਰੂਲ ਆ ਗਿਆ ਬੇਸ ਤੁਸੀਂ ਕੁਝ ਨਹੀਂ ਕੀਤਾ ਬੇਟਾ ਬੇਸ ਅਸੀਂ ਐਸਾ ਐਕਸਕਿਊਜ਼ ਮੀ ਸਰ ਆ ਬੱਚੇ सर इसका आंसर 392 मीटर पर सेकंड है पता नहीं पीछे बनना आप मुझे बना सकते ओके अपने को वही वैल्यूज लेके लिख रहे बेटा कोई बुक जो क्वेश्चन नहीं चुका वो तो देख दे कैलकुलेशन च की आ जाता ठीक है और ये दे बेस की डिफरेंशिएशन करनी है तो जे बेस की डिफरेंशिएशन करनी ठीक है एस सच इधर 5 p² + 4t - 6
ਹੁਣ ਇਹਨੂੰ ਜਦੋਂ ਡਿਫਰੈਂਸ਼ੀਏਟ ਕਰਨਾ ਇਹਦੇ ਚ ਹਰ ਟਰਮ ਦੀ ਸੈਪਰੇਟ ਸੈਪਰੇਟ ਡਿਫਰੈਂਸ਼ੀਏਸ਼ਨ ਸੀਗੀ ਉਹ ਥੋੜਾ ਜਿਹਾ ਹੁਣ ਸਟੈਪ ਸਕਿਪ ਕਰਾਂਗੇ ਆਪਾਂ ਇੱਥੇ ਚ ਲਿਖੀਏ ਕਿ ਦੇਅਰ ਫੋਰ b ਦੀ ਵੈਲਿਊ ਆ ਗਈ 2 ਇਨਟੂ 5 t ਸਕੁਅਰ ਪਲੱਸ 4 t ਮਾਈਨਸ 6 ਪਰ 2 ਮਾਈਨਸ 1 ਪਾਵਰ 1 ਰਹੇਗੀ ਇੱਥੇ ਬਾਅਦ ਲਿਖੋ ਜਾਂ ਨਾ ਲਿਖੋ ਪਰ ਨਾਲ ਜੀ ਨਾਲ ਮਲਟੀਪਲਾਈ ਹੋਣਾ ਪਹਿਲੋ ਇਹਦੀ ਡਿਫਰੈਂਸ਼ੀਏਸ਼ਨ ਇਹ ਜੋ 5 ਤੋਂ ਬਾਹਰ ਆ ਜਾਣਾ t ਸਕੁਅਰ ਦੀ ਡਿਫਰੈਂਸ਼ੀਏਸ਼ਨ 2 t ਆ ਜਾਣੀ ਇਹਦਾ ਮਤਲਬ ਆ 5 ਇਨਟੂ 2 t ਪਲੱਸ ਉਸ ਤੋਂ ਬਾਅਦ ਚੱਲੀਏ 4 t ਦੀ ਉਹ ਇਹਦੀ ਵੱਖਰੀ ਵੱਖਰੀ ਡਿਫਰੈਂਸ਼ੀਏਸ਼ਨ ਤਿੰਨ ਸਟੈਪ ਚ ਲਿਖੀ ਸੀ ਹੁਣ ਸ਼ਾਰਟ ਕਰ ਸਕਦੇ ਹੋ ਆਪਾਂ ਇਸੇ ਇੱਕ ਸਟੈਪ ਚੋਂ ਦੀ ਡਿਫਰੈਂਸ਼ੀਏਸ਼ਨ ਸਿੱਧੀ ਲਿਖਣੀ ਸ਼ੁਰੂ ਕਰਤੀ 4 ਬਾਹਰ ਆ ਜਾਏਗਾ ਡਿਫਰੈਂਸ਼ੀਏਸ਼ਨ ਚੋਂ ਤੇ t ਪਾਵਰ 1 ਮਾ 4 ਬਾਹਰ ਆ ਜਾਏਗਾ ਤੇ t ਪਾਵਰ 1 ਦੇ ਅਕੋਰਡਿੰਗਲੀ 1 ਇਨਟੂ t ਪਾਵਰ 1 ਮਾਈਨਸ 1 6 ਮੇਰਾ ਕੱਲਾ ਕਨਸਟੈਂਟ ਆ ਉਹਦੀ ਡਿਫਰੈਂਸ਼ੀਏਸ਼ਨ 0 ਆ ਗਈ ਕੀ ਆ ਸਟੈਪ ਸਮਝ ਆਇਆ ਯੈਸ ਸਰ ਓਏ ਇਹਨਾਂ ਧਿਆਨ ਰੱਖਿਓ ਇੱਕ ਦੂਜੇ ਦੀ ਸ਼ਰਮ ਕਰਕੇ ਝਿਜਕਦੇ ਹੋਏ ਇਹ ਨਾ ਹੋਵੇ ਕਿ ਪੁੱਛੋ ਨਹੀਂ ਜੇ ਕਿਸੇ ਨੇ ਯੈਸ ਸਰ ਕਹਿ ਵੀ ਦਿੱਤਾ ਤਾਂ ਲੋੜ ਜੀ ਨੂੰ ਲੱਗਦੀ ਪੁੱਛਣ ਦੀ ਉਹ ਨੋ ਸਰ ਕਹਿ ਦਿਓ ਕੋਈ ਗਲਤੀ ਨਹੀਂ ਠੀਕ ਹੈ ਇਹ ਨਾ ਹੋਵੇ ਕਿ ਮੈਨੂੰ ਸਟੈਪ ਸਮਝ ਨਾ ਆਵੇ ਸਰ t ਦੀ ਵੈਲਿਊ ਕੀ ਆ ਹਾਂਜੀ t ਦੀ ਵੈਲਿਊ ਕੀ ਆ ਟਾਈਮ ਦੀ 1 ਸੈਕਿੰਡ ਆ ਟਰਮ ਇਦਾਂ ਦੀ ਇਹਦੇ ਲਿਖ ਦਿਓ ਔਰ ਇੱਕੋ ਜਿਹੜੀ ਟਰਮ ਬਣੀ ਆਪਣੀ 5 ਤੋਂ ਦਾ 10 ਦੀ ਪਲੱਸ t ਪਾਵਰ 0 t ਪਾਵਰ 0 ਮੀਨ 1 ਯਾਨੀ 4 ਆ ਜਾਏਗਾ ਇਸ ਪੂਰੀ ਇਕੁਏਸ਼ਨ ਦੇ ਇਹ ਮੇਰੀ ਵੈਲੋਸਿਟੀ ਦੀ ਵੈਲਿਊ ਬਣੀ ਬੇਟਾ ਮੈਨੂੰ ਨੇ ਪੁੱਛੀ ਵੈਲੋਸਿਟੀ ਆਫਟਰ 1 ਸੈਕਿੰਡ ਕੇਵਲ ਇਸ ਇਕੁਏਸ਼ਨ ਦੇ ਅੰਦਰ t ਦੀ ਜਗ੍ਹਾ ਤੇ 1 ਪੁੱਟ ਕਰ ਪੁੱਟ t ਇਕੁਅਲ ਟੂ 1 ਤੇ ਥੇਅਰ ਕੋਲ ਆਪਣੇ ਕੋਲ ਵੈਲੋਸਿਟੀ ਆ ਜਾਏਗੀ 2 into 5 plus 4 minus 6 into 10 plus 2 ठीक है इन सॉल्व कर लो आपने को आ गया 14 into 2 28 9 minus 3 ठीक है 6 3 के आपने को आ गया जी कितना बनया कितना 24 2 3 में 6 तो 2 8 84 अनुपम अनुपम सी नाम मतलब लिंक ओदा ब्रेक है हां जी पुत्र क्या आज समय लगे स्टेप सारे यस सर हां जी सर यस सर नेक्स्ट रूल हैगा सर को कौन से कहने प्रोडक्ट रूल ਪ੍ਰੋਡਕਟ ਰੂਲ ਆਪਣੇ ਕੋਲੇ ਆ ਜਾਂਦਾ ਬੱਚੇ ਕਿ ਜਦੋਂ ਐਸਐਚ ਦੋ ਟਰਮਸ ਮੇ ਕੋ ਦਿੱਤੀਆਂ ਜਸਟ ਇੱਕ ਐਗਜ਼ਾਮਪਲ ਨਾਲ ਗੱਲ ਕਰਦਾ ਮੰਨ ਲਓ ਕੋਈ ਇਕੁਏਸ਼ਨ ਦਿੱਤੀ y ਇਕੁਅਲ ਟੂ x ਸਕੁਅਰ ਪਲੱਸ 3 ਇਨਟੂ x ਪਾਵਰ 4 ਮਾਈਨਸ ਕਹਿੰਦਾ ਜੀ 6 6x ਕੋਈ ਇਹਦਾ ਦੋ ਇਕੁਏਸ਼ਨ ਦੇ ਦਿੱਤੀ ਉਹ ਕਹਿੰਦਾ ਜੀ ਡਿਫਰੈਂਸ਼ੀਏਟ y ਫਾਈਂਡ dy/dx ਇਸ ਚੀਜ਼ ਦੀ ਕਹਿੰਦਾ ਵੈਲਿਊ ਫਾਈਂਡ ਆਊਟ ਕਰੋ ਹੁਣ ਇਹਨੂੰ ਸੋਲਵ ਕਰਨ ਦੇ ਦੋ ਮੈਥਡ ਆ ਇੱਕ ਤੇ ਇਹ ਆ ਕਿ ਵੀ ਇਹਨੂੰ ਪਹਿਲੋ ਐਸਐਚ ਐਕਸਪੈਂਡ ਕਰ ਲਓ ਠੀਕ ਹੈ ਐਕਸਪੈਂਡ ਕਰਕੇ ਜੋ ਆ ਜਵੇ ਇੱਕ ਤੇ ਮੁੜ ਕੇ ਉਹਦੀ ਡਿਫਰੈਂਸ਼ੀਏਸ਼ਨ ਕਰੀਏ ਦੂਜਾ ਇੱਕ ਰੂਲ ਇਹ ਹੋ ਸਕਦਾ ਕਿ ਦੋਨੋਂ ਦੀਆਂ ਦੋਨੋਂ ਟਰਮ ਅਸੀਂ ਕਹਿੰਦੇ ਜੀ ਪ੍ਰੋਡਕਟ ਫਾਰਮ ਚ ਪਈਆਂ ਤੇ ਜਦੋਂ ਦੋ ਟਰਮ ਮੇਰੀਆਂ ਪ੍ਰੋਡਕਟ ਫਾਰਮ ਚ ਪਈਆਂ ਆਪਾਂ ਆਪਣੇ ਕੋਲੋਂ ਇਸ ਇੱਕ ਟਰਮ ਨੂੰ ਜਿਹੜਾ ਵਾ ਇਸ ਇੱਕ ਟਰਮ ਨੂੰ ਨਾਮ u ਪੜ ਲੈਨੇ x ਲਿਖ ਦੋ y ਲਿਖ ਦੋ ਮੈਂ ਵੇਰੀਏਬਲ ਉਹ ਲਿਖਣ ਲੱਗਿਆ ਜਿਹੜੇ ਤੁਹਾਨੂੰ ਬੁੱਕ ਚੋਂ ਮਿਲ ਜੂ ਠੀਕ ਹੈ ਇੱਕ ਪੂਰੀ ਦੀ ਪੂਰੀ ਟਰਮ ਨੂੰ u ਕਹਿ ਦੋ ਦੂਜੀ ਪੂਰੀ ਦੀ ਪੂਰੀ ਟਰਮ ਅਸੀਂ v ਮੰਨ ਲਿਆ ਪਰ ਇਹ ਮੰਨਣ ਲੱਗੇ u ਤੇ v ਦੋਨੋਂ ਮੇਰੇ ਵੇਰੀਏਬਲਸ ਨੇ u ਤੇ v ਦੋਨੋਂ ਮੇਰੇ ਵੇਰੀਏਬਲਸ ਨੇ ਕਿਉਂਕਿ ਦੋਨੋਂ ਵੈਲਿਊਸ ਜਿਹੜੀਆਂ ਨੇ x ਦੇ ਅਕੋਰਡਿੰਗਲੀ ਚੇਂਜ ਹੋਣੀ ਤੇ ਇਹਦਾ ਰੂਲ ਇਹ ਹੋਏਗਾ ਥੇਅਰਫੋਰ d/dx ਆਫ u v ਜਦੋਂ ਦੋਨੋਂ ਟਰਮ ਪ੍ਰੋਡਕਟ ਫਾਰਮ ਚ ਪਈਆਂ ਪਰ ਆਪਾਂ ਇਹਦੀ ਡਿਫਰੈਂਸ਼ੀਏਸ਼ਨ ਕਰਨੀ ਆ ਪ੍ਰੋਡਕਟ ਰੂਲ ਇਹ ਕਹਿੰਦਾ ਇੱਕ ਟਰਮ ਨੂੰ ਕਨਸਟੈਂਟ ਮੰਨ ਕੇ ਡਿਫਰੈਂਸ਼ੀਏਸ਼ਨ ਚੋਂ ਬਾਹਰ ਕੱਢ ਦਿਓ ਠੀਕ ਹੈ ਜਿੱਦਾਂ ਅਸੀਂ ਪਿੱਛੇ ਕਨਸਟੈਂਟ ਤੇ ਪ੍ਰੋਡਕਟ ਦਾ ਇਕੱਠਾ ਰੂਲ ਪੜਿਆ ਇੱਕ ਟਰਮ ਨੂੰ ਕਨਸਟੈਂਟ ਮੰਨ ਕੇ ਡਿਫਰੈਂਸ਼ੀਏਸ਼ਨ ਚੋਂ ਬਾਹਰ ਰੱਖ ਦਿਓ
ਤੇ ਦੂਜੀ ਟਰਮ ਦੀ ਡਿਫਰੈਂਸ਼ੀਏਸ਼ਨ ਲਿਖ ਦਿਓ। ਯੂ ਨੂੰ ਅਸੀਂ ਐਸ ਐਸ ਕਾਂਸਟੈਂਟ ਮੰਨਿਆ, ਬਾਹਰ ਰੱਖ ਲਿਆ ਤੇ ਵੀ ਦੀ ਡਿਫਰੈਂਸ਼ੀਏਸ਼ਨ ਲਿਖ ਲਈ ਪਲੱਸ। ਠੀਕ ਹੈ, ਜਦੋਂ ਇੱਥੇ ਪ੍ਰੋਡਕਟ ਹੋਏਗੀ ਤੇ ਇਹਦੀ ਐਕਸਪੈਂਸ਼ਨ ਜਦੋਂ ਕਰਾਂਗੇ ਉਹਦੇ ਚ ਇੱਥੇ ਪਲੱਸ ਹੋਏਗਾ, ਡਿਵੀਜ਼ਨ ਅਗਲਾ ਰੂਲ ਆ ਉਹਦੇ ਤੇ ਮਾਈਨਸ ਆਣਾ। ਠੀਕ ਹੈ, ਦੂਜੀ ਟਰਮ ਨੂੰ ਕਾਂਸਟੈਂਟ, ਜਿਹੜੀ ਟਰਮ ਪਹਿਲਾਂ ਕਾਂਸਟੈਂਟ ਮੰਨਿਆ ਸੀ ਤੇ ਇੱਕ ਨੂੰ ਵੇਰੀਏਬਲ ਸੀਗਾ, ਹੁਣ ਇਹ ਆਪਸ ਚ ਇੰਟਰਚੇਂਜ ਕਰ ਦਿਓ। ਵੀ ਕਾਂਸਟੈਂਟ ਮੰਨ ਕੇ ਬਾਹਰ ਰੱਖ ਲਿਓ ਤੇ ਯੂ ਦੀ ਡਿਫਰੈਂਸ਼ੀਏਸ਼ਨ ਕਰ ਦਿਓ। ਕਿਆ ਆ ਗੱਲ ਸਮਝ ਆਈ? ਯੈਸ ਸਰ। ਯੈਸ ਸਰ। ਹੁਣ ਇਹੀ ਸੇਮ ਰੂਲ ਯੈਸ ਸਰ। ਠੀਕ ਹੈ, ਜੇ ਇਹੀ ਰੂਲ ਬੇਟਾ ਆਪਾਂ ਅਪਲਾਈ ਕਰੀਏ, d / dx ਆਫ x² + 3 * x ਪਾਵਰ 4 - 6x, ਉਹ ਕਹਿੰਦਾ ਕਿਆ ਕਰੋ, ਇਹਨੂੰ ਟਰਮ ਪਹਿਲੀ ਨੂੰ ਆਪਾਂ u ਬੋਲਦੇ ਨੇ, ਦੂਜੇ ਨੂੰ v। ਪਹਿਲੀ ਟਰਮ ਨੂੰ ਕਾਂਸਟੈਂਟ ਮੰਨ ਕੇ ਬਾਹਰ ਰੱਖ ਲਿਓ, ਪਹਿਲੇ ਨੂੰ ਕਾਂਸਟੈਂਟ ਮੰਨ ਕੇ ਬਾਹਰ ਰੱਖ ਲਿਓ ਤੇ ਦੂਜੀ ਟਰਮ ਦੀ ਡਿਫਰੈਂਸ਼ੀਏਸ਼ਨ ਕਰ ਲਿਓ। ਇਹਨੂੰ ਅਸੀਂ ਡਿਫਰੈਂਸ਼ੀਏਸ਼ਨ ਚ ਲਿਖ ਲਿਆ, ਫਿਰ ਪਲੱਸ ਪਾ ਕੇ ਟਰਮ ਇੰਟਰਚੇਂਜ ਕਰ ਦਿਓ, x ਪਾਵਰ 4 - 6x * d / dx ਆਫ। ਠੀਕ ਹੈ ਜੀ, ਆ ਟਰਮ ਦੀ ਡਿਫਰੈਂਸ਼ੀਏਸ਼ਨ ਲਿਖ ਲਓ, x² + 3। ਆ ਮੇਰੇ ਕੋਲ ਐਸ ਸੱਚ ਪ੍ਰੋਡਕਟ ਰੂਲ ਲੱਗ ਗਿਆ, ਹਜੇ ਅਗਲੇ ਸਟੈਪ 'ਚ ਡਿਫਰੈਂਸ਼ੀਏਸ਼ਨ ਕਰਨੀ ਆ। ਇਹ ਡਿਫਰੈਂਸ਼ੀਏਸ਼ਨ ਦਾ ਇੱਕ ਰੂਲ ਜਿਹਨਾਂ ਅਸੀਂ ਟਰਮ ਨੂੰ ਸੈਪਰੇਟ ਕਰ ਸਕੀਏ ਉਹਨੂੰ ਅਸੀਂ ਕਹਿੰਦੇ ਇਹ ਪ੍ਰੋਡਕਟ ਰੂਲ ਆ। ਕਿਆ ਇੰਨਾ ਸਟੈਪ ਸਮਝ ਆਇਆ? सर जहां यू और वी को कांस्टेंटली है वो वाला स्टेप रिपीट कर दो। अब ये निकल गई ना डिफरेंशिएशन, जो जो बाहर निकले वो कांस्टेंट होगा, जेड़ा वेरिएबल होवे वो डिफरेंशिएशन जो बाहर नहीं जा सकता। ਅਸੀਂ ਯੂ ਤੇ ਵੀ ਜਦੋਂ ਦੋਨੇ ਵੇਰੀਏਬਲ ਮੰਨੇ ਆ ਤੇ ਅਸੀਂ ਇਹਦੀ ਡਿਫਰੈਂਸ਼ੀਏਸ਼ਨ ਕਰਨੀ ਆ, ਅਸੀਂ ਇਹਦਾ ਰੂਲ ਇਹ ਬਣਾਇਆ, ਐਟ ਏ ਟਾਈਮ ਇੱਕ ਇਹਨਾਂ ਚੋਂ ਵੇਰੀਏਬਲ ਮੰਨੋ, ਇੱਕ ਨੂੰ ਕਾਂਸਟੈਂਟ ਮੰਨੋ। ਅਸੀਂ ਪਹਿਲਾਂ ਵੀ ਨੂੰ ਵੇਰੀਏਬਲ ਮੰਨਿਆ, ਯੂ ਨੂੰ ਕਾਂਸਟੈਂਟ ਮੰਨਿਆ, ਬਾਅਦ ਚ ਅਸੀਂ ਇੰਟਰਚੇਂਜ ਕਰਤਾ। ਕਲੀਅਰ ਆ? ਭਾਵੇਂ ਇਹ ਰੂਲ ਹੀ, ਭਾਵੇਂ ਇਹਨੂੰ ਤੁਸੀਂ ਇੰਟਰਚੇਂਜ ਕਰਕੇ ਬੋਲ ਦਿਓ, ਕਾਰਨ ਇਹ ਹੋਏਗਾ ਕਿਉਂਕਿ ਵਿੱਚ ਪਲੱਸ ਦਾ ਸਾਈਨ ਆ, ਆ ਡਿਵੀਜ਼ਨ ਦੇ ਵਿੱਚ ਉਲਟਾ ਨਹੀਂ ਹੋ ਪਾਣਾ। ਇਹਦੇ ਵਿੱਚ ਇਹ ਹੈ ਕਿ ਵੀ ਪਹਿਲਾਂ ਆ ਟਰਮ ਲਿਖੀ ਬਾਅਦ ਚੋਂ ਆ, ਠੀਕ ਹੈ, ਤੇ ਪਲੱਸ ਹੋਣ ਕਰਕੇ ਇਹਨੂੰ ਪਹਿਲਾਂ ਤੇ ਉਹਨੂੰ ਬਾਅਦ ਚੋਂ ਖਾਲੀ ਮੈਟਰ ਨਾਲ ਕੋਈ ਫਰਕ ਨਹੀਂ ਪੈ। ਪਰ ਇੱਕ ਪ੍ਰੋਡਕਟ ਦੇ ਅੰਦਰ ਇੱਕ ਕਾਂਸਟੈਂਟ ਤੇ ਇੱਕ ਵੇਰੀਏਬਲ, ਉਹ ਅਸੀਂ ਐਸ ਸੱਚ ਇੱਕ ਕਾਂਸਟੈਂਟ ਇੱਕ ਵੇਰੀਏਬਲ ਉਹ ਮੰਨ ਕੇ ਅਸੀਂ ਪਹਿਲੇ ਟਰਮ ਨੂੰ ਲਿਖ ਦਿੱਤਾ ਤੇ ਪਲੱਸ ਪਾ ਕੇ ਦੂਜੀ ਟਰਮ ਲਿਖੀ। ਓਕੇ ਸਰ। ਹੁਣ ਇੱਥੇ ਜੇ ਫਰਦਰ ਕੰਟੀਨਿਊ ਕਰਨਾ ਆਪਾਂ ਇਹਦੇ ਵਿੱਚ ਕੀ ਕਰਾਂਗੇ, x² + 3 ਇਦਾਂ ਦੇ ਤੇ ਛੱਡ ਦੋ। ਹੁਣ ਇਹਦੇ ਵਿੱਚ ਡਿਫਰੈਂਸ਼ੀਏਸ਼ਨ ਦੋਨਾਂ ਟਰਮ ਦੀ ਵਾਰੀ ਵਾਰੀ ਕਰਨੀ ਹੈ। x ਪਾਵਰ 4 ਦੇ ਉੱਤੇ ਲੱਗਿਆ ਪਾਵਰ ਰੂਲ ਤੇ ਆਪਣੇ ਕੋਲ ਇੱਥੇ ਟਰਮ ਆ ਗਈ 4x ਪਾਵਰ 3, ਸਿੱਧਾ ਲਿਖੂਗਾ ਹੁਣ, ਜਿੰਨੀ ਪਾਵਰ ਆ x ਨਾਲ ਮਲਟੀਪਲਾਈ ਹੋ ਗਈ ਉੱਪਰ ਪਾਵਰ ਇੱਕ ਮਾਈਨਸ ਹੋ ਜਾਣੀ, ਮਾਈਨਸ 6 * x ਪਾਵਰ 1 ਆ, 1 * x ਪਾਵਰ 1 - 1 ਆ ਗਿਆ, ਪਲੱਸ ਆ ਸਟੈਪ ਮੇਰੇ ਕੋਲ ਇਹਨਾਂ ਦੋਨਾਂ ਦੀ ਡਿਫਰੈਂਸ਼ੀਏਸ਼ਨ ਕਰ ਦੇਗਾ। ਕਲੀਅਰ ਇੰਨੀ ਚੀਜ਼? ਕੀ ਆ ਸਟੈਪ ਕਲੀਅਰ ਹੈ ਬੇਟਾ ਡਿਫਰੈਂਸ਼ੀਏਸ਼ਨ ਦਾ? ਯੈਸ ਸਰ। ਯੈਸ ਸਰ। ਯੈਸ ਸਰ। ਯੈਸ ਸਰ। ਯੈਸ ਸਰ। ਸਰ ਇੱਕ ਵਾਰੀ ਰਿਪੀਟ ਕਰ ਦਿਓ। ਇਹਦੇ ਅੰਦਰ x² ਦੀ ਡਿਫਰੈਂਸ਼ੀਏਸ਼ਨ 2x ਪਾਵਰ 1, 3 ਇਕੱਲਾ ਆਇਆ ਵਾ ਨਾਲ x ਨਹੀਂ ਆਇਆ, ਕਾਂਸਟੈਂਟ ਆ, ਇਹਦੀ ਡਿਫਰੈਂਸ਼ੀਏਸ਼ਨ 0। ultimately apne ko solve karke term aa jayegi x square plus 3 into 4x cube minus 6, kyunki x power 0 jehda oh wali ban jaya, plus aa gaya x power 4 minus 6x into 2x। aa puri di puri term che differentiation complete aa, is to baad ehnu simplify karna aa bas। kya aa step clear hai? apne kol is bracket de andar do term aaiyan, edi differentiation karni, x ਪਾਵਰ 4 ਦੀ ਡਿਫਰੈਂਸ਼ੀਏਸ਼ਨ ਪਾਵਰ ਰੂਲ ਨਾਲ ਹੋਈ। ਪਾਵਰ ਰੂਲ ਕੀ ਸੀਗਾ? ਜਿੰਨੀ ਵੀ ਪਾਵਰ ਹੋਵੇ ਉਹ ਬੇਸ ਨਾਲ ਮਲਟੀਪਲਾਈ, ਯਾਨੀ 4 ਨੂੰ ਤੇ x ਨੂੰ ਮਲਟੀਪਲਾਈ ਕਰ ਦਿੱਤਾ, ਕਰ ਲਿਆ, ਤੇ ਨਾਲ ਹੀ ਇੱਕ ਪਾਵਰ ਅੱਗੇ ਨਾਲੋਂ ਮਾਈਨਸ ਕਰ ਲੈਣੀ, ਇਹ ਮਤਲਬ 4 ਦੀ ਥਾਂ ਤੇ ਨਵੀਂ ਪਾਵਰ 4 - 1 3 ਰਹਿ ਗਈ, ਮਾਈਨਸ 6 ਐਸਾ ਆ ਗਿਆ, ਬਾਹਰ ਆ ਗਿਆ ਕਾਂਸਟੈਂਟ ਆ, ਨਾਲ x ਪਾਵਰ 1 ਆ, ਜਿਹਦੀ ਪਾਵਰ 1 ਹੋਈ ਹੈ ਨਾ ਉਹਤੇ ਵੀ ਪਾਵਰ ਰੂਲ ਲੱਗ ਗਿਆ 1 * x ਪਾਵਰ 1 - 1। ਸਮੇਂ ਲੱਗੀ ਗੱਲ ਦੀ? ਹਾਂਜੀ। ਯੈਸ ਸਰ। ਆ ਗਿਆ ਬੇਟਾ x² ਦੀ ਡਿਫਰੈਂਸ਼ੀਏਸ਼ਨ, ਆਪਣੇ ਕੋਲ 2 * x ਪਾਵਰ 2 - 1 ਆਇਆ,
प्लस थ्री कॉन्स्टेंट सी को दी डिफरेंशिएशन जीरो आ गई। एक्सक्यूज मी सर, क्लियर है सारे नो? करा कंटिन्यू। यस सर, यस सर, यस सर। चलो नेक्स्ट रूल अपने को इसके बाद जड़ा हैगा उन्होंने से कहने डिवीजन रूल। डिवीजन रूल, डिवीजन रूल दे विच आ जाएगा आपा कहने कि फाइंड dy by dx if y equal to u over v। ओही दो टर्म फिर पिछले वालियां मान लो अपने को गिवन है x और y दे फॉर्म च, पर वो डिवीजन च पई है ते जदों मेरे को दो टर्म डिवीजन च पईयां और अपन एदी डिफरेंशिएशन करनी हुई ते पुते एदा रूल हुंदा d by dx of u over v equal to एनु से बोलन चेता बोलांगे न्यूमिनेटर ते डिनोमिनेटर। ठीक है, वो जैसे कहने जी एक सेकंड से वेट करें। करेक्ट, हां जी बेटा, डिवीजन रूल जब आएगा तो इनको डिनोमिनेटर द न्यूमिनेटर दी फॉर्म चा और एदे विच टर्म इंटरचेंज नहीं हो सकती। जदा मैं ये कह कि प्रोडक्ट दे विच पहली टर्म आपा पहलो लिखी दूजी बाद च या पहलो इंटरचेंज करदा कोई फर्क नहीं, इच एक चेंज होएगी। इनु से जदा बोलीदा डिनोमिनेटर एज सच, मतलब पहले डिनोमिनेटर को कांस्टेंट मानो ते न्यूमिनेटर को डिफरेंशिएट करो। डिनोमिनेटर को कांस्टेंट, न्यूमिनेटर दी डिफरेंशिएशन माइनस न्यूमिनेटर कांस्टेंट, डिनोमिनेटर दी डिफरेंशिएशन ओवर स्क्वायर ऑफ डिनोमिनेटर। थोड़ा जा रूल ऐड होके यानी अपने को बनेगा डिनोमिनेटर into differentiation of numerator minus numerator into differentiation of denominator divided by denominator square। समझ आया जो बोले हम? हाँ जी सर। Yes sir। Yes sir। कोई एग्जांपल आप बनाने? मालूम है ना कि कहने थोड़े को ले ऐसे चल y equal to x square plus 1 divided by 3x square minus 6। कुछ लिख लियो अपने को तो कुछ भी एग्जांपल आप ले रहे हैं। y इतना गिवन है बेटा, इसकी जब डिफरेंशिएशन करनी है तो अपने को रूल ए होएगा d by dx of इतने सारे नाम इधर देते लिख लो मेनू उन जब इसकी डिफरेंशिएशन करनी है तो रूल ए ही दिमाग से घुमाओगे। डिनोमिनेटर एज सच, डिनोमिनेटर उधर होता है लिख लो इनटू डिफरेंशिएशन ऑफ, डिफरेंशिएशन का मतलब डी बाय डी एक्स ऑफ न्यूमिनेटर एक्स स्क्वायर प्लस 1 माइनस वन टर्म इंटरचेंज करके एक्स स्क्वायर प्लस 1 एज सच इनटू डिफरेंशिएशन ऑफ 3 एक्स स्क्वायर माइनस 6 ओवर ये सारी टर्म के नीचे डिनोमिनेटर स्क्वायर यानी 3 एक्स स्क्वायर माइनस 6 का होल स्क्वायर। क्या समझ आया? यस सर, यस सर, यस सर, यस सर। उन एनो डिफरेंशिएशन का रूल लगा दो, पहला रूल डिफरेंशिएशन का डिवीजन रूल लग गया, उन अगला एनो इंडिविजुअल तोड़ के अपन रूल लगाने चलेंगे। यानी नेक्स्ट टाइम जब अपने को क्या आ गया 3x स्क्वायर माइनस 6 एस सच इथे एक डिफरेंशिएशन x स्क्वायर की को पावर रूल लग गया जिसे अकॉर्डिंगली 2 * x पावर 2 - 1। ठीक है जी, 1 की डिफरेंशिएशन 0 माइनस x स्क्वायर प्लस 1 एज सच इनटू 3x स्क्वायर 3 डिफरेंशिएशन जो बाहर निकलया x स्क्वायर की डिफरेंशिएशन 2 * x वाली फॉर्म यानी 3 * 2x पावर 2 - 1 - 0। क्या ऊपरला स्टेप सारा समय लग गया? यस सर, यस सर। ओवर आ गया 3x स्क्वायर माइनस 6 का होल स्क्वायर। तो पुत्र इनो हुन सॉल्व करके सिर्फ लिख दियो डिफरेंशिएशन दे दो रूल लगे दोनों खत्म। हुन सिर्फ मैथमेटिक्स दी सिंपलीफिकेशन लाइक लास्ट एक्टिविटी दे अपने को आ गया 3x स्क्वायर माइनस 6 * इथे 2x आ गया माइनस x स्क्वायर प्लस 1
और इथे अपने को एस एस 6x आ गया ओवर 3x स्क्वायर माइनस 6 का होल स्क्वायर। क्या इस टर्म की डिफरेंशिएशन का आ रिजल्ट जेड़ा ए क्लियर है? यस सर। यस सर। जे कोई स्टेप नहीं समय लग्या फिर एक बारी कह रहा वो पूछ लो, जे क्लियर है तो फिर आप आगे नु कंटिन्यू कर जोगे होइए। जेड़ा नेक्स्ट रूल ले रहे हैं ठीक है, इनु से कहने ट्रिग्नोमेट्रिक टर्म्स दे अपनी डिफरेंशिएशन। ये सीधे सीधे रूल है बेटा, रूल हैगा कहने दी डिफरेंशिएट डी बाय डीटी ऑफ साइन ऑफ 5 डी। मान लो मेरे को कोई टर्म देती है ठीक है, उन्होंने कहा जी y इक्वल टू इनमें इधर लिख रहा गिवन ए यार y इक्वल टू साइन 5x, मैं t दी ना दे x लिख लिया हूं बम ਉਹ ਕੋਲ ਇੱਥੇ x ਦੀ ਵੈਲਿਊ 0 ਪਰ ਆ ਹਨਾ sin 0 ਡਿਗਰੀ ਬਣ ਗਿਆ, x ਦੀ ਵੈਲਿਊ ਮੈਂ 0.1 ਪਰ ਆ ਇਹ sin 0.5 ਡਿਗਰੀ ਬਣ ਗਿਆ ਠੀਕ ਹੈ, x ਦੀ ਵੈਲਿਊ ਮੈਂ ਇੱਥੇ 1 ਪਰ ਦਵਾ sin 5 ਡਿਗਰੀ ਬਣ ਗਿਆ, x ਦੀ ਵੈਲਿਊ 10 ਪਰ ਦਵਾ sin 50 ਡਿਗਰੀ। ਇਹਨਾਂ ਜਿੱਦਾਂ ਜਿੱਦਾਂ ਇੱਥੇ x ਚੇਂਜ ਕਰਾਂਗਾ ਆ y ਦੀਆਂ ਵੈਲਿਊਜ਼ ਚੇਂਜ ਹੁੰਦੀਆਂ ਜਾਣਗੀਆਂ। ਯੈਸ ਸਰ। ਯੈਸ ਸਰ। ਯੈਸ ਸਰ। ਯੈਸ ਸਰ। ਇਹਦਾ ਮਤਲਬ ਇਹ ਹੋਇਆ ਕਿ ਜਿਹੜਾ y ਆ ਹਨਾ ਉਹਦੀ ਵੈਲਿਊ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ ਫਾਰਮ ਚ ਵੀ ਹੋ ਸਕਦੀ ਆ, ਤੇ ਜੇ y ਦੀ ਵੈਲਿਊ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ ਫਾਰਮ ਚ ਹੋਈ ਇਹਦੀ ਡਿਫਰੈਂਸ਼ੀਏਸ਼ਨ ਕਿੱਦਾਂ ਕਰੀਏ? ਉਹਦੇ ਵਾਸਤੇ ਆਪਣੇ ਕੋਲ ਇੱਕ ਸਟ੍ਰੇਟ ਫਾਰਵਰਡ ਰੂਲ ਹੋਏਗਾ ਕਿ ਜੇ ਤੁਸੀਂ ਡਿਫਰੈਂਸ਼ੀਏਟ ਕਰਨਾ ਠੀਕ ਹੈ, ਜੇ ਤੁਸੀਂ ਮੰਨ ਲਓ y ਨੂੰ ਡਿਫਰੈਂਸ਼ੀਏਟ ਕਰਨਾ ਵਿਦ ਰਿਸਪੈਕਟ ਟੂ x ਤੇ ਬੇਟਾ ਇਹਨੂੰ ਅਸੀਂ ਕਹਿੰਦੇ d/dx ਆਫ y ਦੀ ਥਾਂ ਤੇ ਵੈਲਿਊ ਲਿਖ ਦਿਓ। ਔਰ ਇਹਦਾ ਰੂਲ ਇਹ ਹੋਏਗਾ, ਇਹ ਯਾਦ ਰੱਖਣ ਵਾਲੇ ਸਿੱਧੇ ਰੂਲ ਆ, ਇਹਦੀ ਡੈਰੀਵੇਸ਼ਨ ਆਪਣੇ ਕੋਲ ਫਿਜ਼ਿਕਸ ਦੇ ਵਿੱਚ ਕਿਤੇ ਵੀ ਨਹੀਂ ਆਉਂਦੀ ਤੇ ਕਦੀ ਆਪਾਂ ਨੂੰ ਚਾਹੀਦੀਆਂ ਵੀ ਨਹੀਂ ਹੈਗੀ ਠੀਕ ਹੈ। ਆਪਾਂ ਨੂੰ ਸਿਰਫ ਅਪਲਾਈ ਕਰਨਾ ਪਏਗਾ ਨਮੈਰੀਕਲ 'ਚ ਜਾ ਕੇ ਜਿੱਥੇ ਲੋੜ ਹੋਵੇ। ਸਾਈਨ ਦੀ ਡਿਫਰੈਂਸ਼ੀਏਸ਼ਨ ਜਦੋਂ ਕਰਾਂਗੇ ਤੇ ਸਾਈਨ ਆਲਵੇਜ਼ ਚੇਂਜ ਇਨਟੂ ਕੋਸ, ਸਾਈਨ ਆਲਵੇਜ਼ ਚੇਂਜ ਇਨਟੂ ਕੋਸ, ਔਰ ਜਿਹੜਾ ਇਹਦਾ ਐਂਗਲ ਵਾਲਾ ਪਾਰਟ ਆ ਇਹਨੂੰ ਅਸੀਂ ਕੋਫੀਸ਼ੀਐਂਟ ਕਹਿ ਦਿੰਦੇ, ਇਹਦੀ ਡਿਫਰੈਂਸ਼ੀਏਸ਼ਨ ਨਾਲ ਹੋਏਗੀ। ਇਹਨੂੰ ਬੋਲਾ ਦੇਦਾ ਕਵਾਂਗਾ ਜਦੋਂ sin 5x ਕਰਕੇ, ਯਾਨੀ ਇਹ ਤਾਂ ਨਹੀਂ ਕੋਈ ਟਰਮ sin ਦੀ ਫਾਰਮ ਚ ਦਿੱਤੀ ਹੋਵੇ ਤੇ sin ਦੀ ਡਿਫਰੈਂਸ਼ੀਏਸ਼ਨ ਇਹਨੂੰ cos ਦੇ ਵਿੱਚ ਕਨਵਰਟ ਕਰਦੇ, ਮਤਲਬ sin 5x ਦੀ ਡਿਫਰੈਂਸ਼ੀਏਸ਼ਨ cos 5x ਬਣ ਗਈ। ਬਟ ਇਸ ਤੋਂ ਇਲਾਵਾ ਵੀ ਕੁਝ ਹੈਗਾ, ਇਸ ਤੋਂ ਇਲਾਵਾ ਕੀ ਹੋਏਗਾ ਇਨਟੂ d/dx ਆਫ 5x, sin ਦੇ cos ਦੇ ਵਿੱਚ ਚੇਂਜ ਹੋਣਾ, sin ਦੇ ਪਲੱਸ cos ਦੇ ਵਿੱਚ ਚੇਂਜ ਹੋਣਾ, ਜੇ ਹੋਰ ਇਹਨੂੰ ਸਪੈਸੀਫਾਈ ਕਰਾਂ sin ਦੇ ਪਲੱਸ cos ਦੇ ਵਿੱਚ ਚੇਂਜ ਹੋਣਾ, ਇਸ ਤੋਂ ਬਾਅਦ ਇਹਦੇ ਜਿਹੜਾ ਐਸ ਐਚ ਕੋਫੀਸ਼ੀਐਂਟ ਹੈਗਾ ਜਿੰਨਾ ਵੀ ਇੱਥੇ ਲਿਖਿਆ ਹੋਇਆ ਇਹਦੀ ਡਿਫਰੈਂਸ਼ੀਏਸ਼ਨ ਸੈਪਰੇਟ ਕਰਕੇ ਉਹਨੂੰ ਇਸ cos 5x ਦੇ ਨਾਲ ਮਲਟੀਪਲਾਈ ਕਰ ਦੇਣਾ, ਮਤਲਬ ਆਪਣੇ ਕੋਲ ਕੀ ਆ ਗਿਆ cos 5x ਇਨਟੂ, ਇਹਦੀ ਸਿੰਪਲ ਜਿੱਦਾਂ ਪਿੱਛੇ ਡਿਫਰੈਂਸ਼ੀਏਸ਼ਨ ਸਮਝਦੇ ਆਏ ਉਹੀ ਹੋਏਗੀ, 5 ਕਾਂਸਟੈਂਟ ਬਾਹਰ ਰਹਿ ਜਾਏਗਾ ਇਨਟੂ ਇੱਥੇ x ਪਾਵਰ 1 ਵਾ 1 ਇਨਟੂ x ਪਾਵਰ 1 ਮਾਈਨਸ 1। ਕਿਆ ਸਟੈਪ ਸਮਝ ਆਇਆ? ਹਾਂਜੀ ਸਰ। ਆਪਨੇ 5 ਕੇ ਅਗੇ x ਲਿਖਿਆ ਨਾ ਸਰ? ਬੜਾ ਬੋਲੋ ਆ ਇਸ ਨੇ ਆ ਕੁਝ ਨਹੀਂ, ਇਹ ਮਲਟੀਪਲਾਈ ਦਾ ਸਾਈਨ ਆ, ਪਾਵਰ ਨਾ ਪਾਵਰ ਉਹ ਜਿਹੜਾ ਮਲਟੀਪਲਾਈ ਦਾ ਸਾਈਨ ਦਿਖਾਉਣ ਵਾਸਤੇ ਆਪਾਂ ਪਾਇਆ ਇਹ x ਲਿਖਿਆ ਤੇ ਉਹ ਕ੍ਰਾਸ ਪਾਇਆ ਵਾ ਫਰਕ ਵਾ। ਓਕੇ ਸਰ। cos 5x ਆ ਗਿਆ ਔਰ ਆ 5x ਦੀ ਡਿਫਰੈਂਸ਼ੀਏਸ਼ਨ ਜਿਹੜੀ ਆ ਇਹ 5 ਇਨਟੂ x ਪਾਵਰ 0 ਤੇ ਜਿਹਦੀ ਪਾਵਰ 0 ਉਹ 1 ਵਾ, ਇਹ ਨਾਲ ਆਪਣੀ ਡਿਫਰੈਂਸ਼ੀਏਸ਼ਨ ਆਈ cos 5x ਇਨਟੂ 5। ਹੁਣ ਇੱਕ ਚੀਜ਼ ਬਹੁਤ ਧਿਆਨ ਨਾਲ ਸਮਝ ਲਈ, ਆ ਜਿਹੜਾ 5 ਆਇਆ ਇਹ ਮੇ ਪੋਰਸ਼ਨ ਦੀ ਡਿਫਰੈਂਸ਼ੀਏਸ਼ਨ ਚੋਂ ਇਹ ਐਂਗਲ ਦੇ ਨਾਲ ਮਲਟੀਪਲਾਈ ਨਹੀਂ ਕਰਨਾ, ਜੇ ਮੈਂ ਗਲਤੀ ਨਾ ਬੋਲਾਂ ਤੇ ਇਹ ਕਹਾਂ cos 25x ਬਣ ਗਿਆ ਤੇ ਉਹ ਗਲਤ ਆ, ਇਹਦੀ ਵੈਲਿਊ ਜਿਹੜੀ ਬਣੀ ਉਹਨੂੰ ਲਿਖਣ ਦਾ ਮੈਥਡ ਹੋਵੇਗਾ 5 cos 5x। ਗੱਲ ਸਮਝ ਲੱਗੀ ਜੋ ਕੀਤਾ ਮੈਂ? ਹਾਂਜੀ ਸਰ। ਯੈਸ ਸਰ। ਯੈਸ ਸਰ। ਆ ਜਿਹੜਾ ਪੋਰਸ਼ਨ ਬਣਿਆ ਇਹ ਨਿਊਮੈਰੀਕਲ ਵੈਲਿਊ ਆ, ਨਿਊਮੈਰੀਕਲ ਵੈਲਿਊ ਐਸ ਸੱਚ ਅੱਗੇ ਲੱਗ ਜਾਏਗੀ, ਐਂਗਲ ਵਾਲਾ ਪੋਰਸ਼ਨ ਐਸ ਸੱਚ ਹੋਵੇਗਾ। ਇਹ ਪੁੱਤ ਪਹਿਲੀ ਵਾਰੀ ਸਮਝੀ ਆ ਇਸ ਲਈ ਆਪਾਂ ਨੂੰ ਲੈਂਥ ਹੀ ਲੱਗੀ, ਅੱਗੇ ਤੋਂ ਆ ਚੀਜ਼ ਸਿੱਧੀ ਬਣਨੀ ਆ। ਜਦੋਂ ਵੀ ਆਪਾਂ ਕਰਨੀ ਆਪਾਂ ਕਹਿੰਦਾ ਜੀ ਸਾਈਨ ਕੋਸ ਬਦਲ ਗਿਆ, ਸਾਈਨ 5x ਦੀ ਥਾਂ ਤੇ ਕੋਸ 5x ਲਿਖਤਾ, ਤੇ ਆ ਲਿਖੇ ਹੋਏ ਟਰਮ ਦੀ ਡਿਫਰੈਂਸ਼ੀਏਸ਼ਨ ਜਿਹੜੀ ਆ
वो 5 का जी 4 ने ना मल्टीप्लाई करता। गल समझ आई? सर 5 को हम रिप्लेस भी कर सकते हैं दूसरे नंबर से, 5 को रिप्लेस भी कर सकते हैं अगले नंबर से, जैसे सर 6 ले लिया 7 ले लिया, तो जो भी इसे दिखता होएगा वो तो होएगी, आप उससे पोर्शन की डिफरेंशिएशन करनी है। एक्सक्यूज मी सर। ओके सर। सर जे अपन जदा हुन इथे x दी वैल्यू दित्ती आ कहंदे 2 दित्ती जाए ਤੇ ਆਪਾਂ ਕੀ ਬਣ ਜਾਣਾ 5 cos 10 ਤੇ cos 10 ਦੀ ਤਾਂ ਆਪਾਂ ਕੋਲ ਵੈਲਿਊ ਹੀ ਨਹੀਂ ਹੈਗੀ ਤੇ ਆਪਾਂ ਕਿੱਦਾਂ ਕਰਾਂਗੇ ਅਜੇ ਛੱਡ ਦੇ ਉਹ ਚੀਜ਼ ਸਿਖਾਉਂਗਾ cos 10 ਡਿਗਰੀ ਕਿੰਨਾ ਹੁੰਦਾ 12 ਡਿਗਰੀ ਕਿੰਨਾ ਹੁੰਦਾ ਸਾਰੇ ਕਰਾਂਗੇ ਠੀਕ ਆ ਸਰ ਇੰਨਾ ਹੋ ਗਿਆ ਲਾਸਟ ਇੱਕ ਰੂਲ ਕਰਾ ਕੇ ਜਲਦੀ ਜਲਦੀ ਜੇ y ਦੀ ਵੈਲਿਊ cos 5x ਹੋ ਗਈ ਭਾਵੇਂ 7x ਵੀ ਕਰ ਲੋ ਪਲੇ ਕਰਨਾ ਰਹਿ ਜੇ ਯਾਨੀ ਜੇ y ਦੀ ਵੈਲਿਊ cos ਦੀ ਫਾਰਮ ਚ ਹੋਈ ਤੇ ਕੋਤੇ ਇਹਦੀ ਡਿਫਰੈਂਸ਼ੀਏਸ਼ਨ ਦਾ ਰੂਲ ਹੁੰਦਾ कि जलो कॉस की डिफरेंशिएशन करनी है साइन की डिफरेंशिएशन प्लस कॉस होंगी कॉस की डिफरेंशिएशन माइनस साइन होंगी यानी कॉस की डिफरेंशिएशन माइनस 7 कॉस की डिफरेंशिएशन माइनस साइन 7x आ गई कॉस 7x थी उस तो बाद 7x की डिफरेंशिएशन होगी इतनी होगी d/dx ऑफ 7x ਤੇ ਆ ਆਲਰੇਡੀ ਅਸੀਂ ਸਮਝ ਲਿਆ ਕਿ ਇਹ ਸਾਰਾ ਸੋਲਵ ਕਰਕੇ 5 ਬਚਿਆ ਤੇ ਆ ਡਿਫਰੈਂਸ਼ੀਏਸ਼ਨ ਸੋਲਵ ਕਰਕੇ 7 ਬਚੂ ਯੈਸ ਸਰ ਯੈਸ ਸਰ ਇਹ ਰਿਜ਼ਲਟ ਆ ਗਿਆ ਮਾਈਨਸ 7 sin 7 ਇੱਕੋ ਸਟੈਪ ਚ ਲਿਖ ਰਿਹਾ ਸਿਰਫ ਦਿਮਾਗ 'ਚ ਰੱਖ ਲੂਗੇ sin ਦੀ ਡਿਫਰੈਂਸ਼ੀਏਸ਼ਨ ਪਲੱਸ cos ਬਣਾਏਗੀ ਇਸ cos ਦੀ ਡਿਫਰੈਂਸ਼ੀਏਸ਼ਨ ਮਾਈਨਸ sin ਵੈਲਿਊ ਜਨਰੇਟ ਕਰਦੀ ਆ ਕੀ ਗੱਲ ਕਲੀਅਰ ਆ ਜੀ